नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। होशियारपुर के सदर चौक में हुए सड़क हादसे में एक महिला की हुई मौत, दो गंभीर घायल। अमृतसर सीआईए स्टाफ दो की पुलिस ने तीन नामी गैंगस्टरों को किया काबू। दो पिस्तौल 45 बोर, एक पिस्तौल 32 बोर, चार मैगजीन 35 जिंदा रौंद किए बरामद। फिरोजपुर पुलिस ने एक अंधे कत्ल की गुत्थी को सुलझाते हुए तीन आरोपियों को किया काबू। एक पिस्तौल और एक मोटरसाइकिल किया बरामद। और अब हलचल विस्तार से। होशियारपुर के सदर चौक में गत रात्रि हुए एक दर्दनाक हादसे में एक महिला की मौत हो गई, जबकि दो लोग गंभीर रूप से घायल हो गए। इस संबंध में जानकारी देते हुए जसविंदर कुमार निवासी छोटा बजवाड़ा ने बताया कि वे अपने बेटे आशु और उसकी पत्नी प्रिया को लेकर अस्पताल जा रहे थे। जब वे सदर चौक के नजदीक पहुंचे तो दूसरी तरफ से आ रहे ट्रक के साथ उनकी गाड़ी की टक्कर हो गई। ये टक्कर इतनी भीषण थी कि गाड़ी में से लोगों को निकालने के लिए 1.5 से 2 घंटे लग गए, जिसमें मौके पर मौजूद लोगों व पुलिस ने अहम रोल निभाया। इस हादसे में महिला की मौके पर ही मौत हो गई और दो व्यक्ति गंभीर घायल हो गए, जिन्हें सिविल अस्पताल में भर्ती करवाया गया है, जहां घायलों की हालत नाजुक बताई जा रही है। साढ़े को 12 बजे इतने मालपुर रोड के एक्सीडेंट बहुत बुरा होया है जी, जिदे करके एक लड़की की डैथ हो चुकी है और 3 बहुत गंभीर घायल हुए आ, जो कि DC मान्यो DC साहब नूं आपां शिवसेना वालों कई बार कहा कि चौंकों के ਤੁਸੀਂ ਇੱਕ ਬ੍ਰੇਕਰ ਲਵਾਓ ਜਾਂ ਕੁਛ ਇੱਦਾਂ ਦੀ ਸੁਵਿਧਾਵਾਂ ਲਵਾਓ, ਪਰ ਉਹ ਕੋਈ ਇੱਦਾਂ ਦਾ ਕੀਤਾ ਨਹੀਂ ਆ। ਦੇਖੋ ਇੰਤਜ਼ਾਮ ਕੁਛ ਦਿਨ 2-4 ਦਿਨ ਪਹਿਲਾਂ ਇੱਥੇ ਇੱਕ ਲਗਾਇਆ ਗਿਆ ਸੀ ਡੈਂਪ, ਉਹ ਵੀ ਟੁੱਟ ਗਿਆ, ਜੋ ਕਿ ਦੁਆਰ ਵਿੱਚ ਲਗਾਇਆ ਨਹੀਂ ਗਿਆ। ਜੇਕਰ ਉਹ ਲਗਾਇਆ ਹੁੰਦਾ, ਜੇ ਉਹ ਪੱਟ ਕੇ ਨਾ ਰੱਖਿਆ ਹੁੰਦਾ, ਤਾਂ ਸ਼ਾਇਦ ਟਰੱਕ ਵਾਲੇ ਇੱਥੇ ਨਾ ਲੰਘਦੇ। ਇਹਦੇ ਨਾਲ ਇੱਕ ਡੈਥ ਤਾਂ ਹੋਈ ਆ ਔਰ ਦੂਸਰੀ ਇੰਨਾ ਬੁਰਾ ਹਾਲ ਹੋਇਆ ਆ ਕਿ ਦੇਖੋ ਤੁਸੀਂ ਕੀ ਮੰਜ਼ਿਲ ਹੋ ਰਿਹਾ, ਗੱਡੀ ਦਾ ਬੁਰਾ ਹਾਲ ਹੋ ਗਿਆ। ਕੁਛ ਜਿਹੜੇ ਵਿਅਕਤੀ ਆਪਾਂ ਪਹੁੰਚਾਏ ਆ ਉੱਥੇ ਸਿਵਲ ਹੋਸਪਿਟਲ, ਉਹ ਕਹਿ ਰਹੇ ਆ ਕਿ ਛੋਟੇ ਬਜਵਾੜੇ ਦੇ ਆ, ਜੋ ਕਿ ਫੈਮਿਲੀ ਸੀ ਉਹ। ਕਿੰਨੇ ਜਣੇ ਸੀ ਇਸ ਗੱਡੀ 'ਚ? ਉਹਦੇ ਵਿੱਚ ਕਮ ਸੇ ਕਮ ਟੋਟਲ ਜੀ 4 ਜਣੇ ਸੀਗੇ। ਸਦਰ ਚੌਂਕ ਦੇ ਵਿੱਚ ਚੰਡੀਗੜ੍ਹ ਬਾਈਪਾਸ ਤੋਂ ਟਰੱਕ ਆ ਰਿਹਾ ਸੀਗਾ, ਉਹਨੂੰ ਲਾਈਟਾਂ ਦੇ ਉੱਤੇ ਡੁੱਬਿਆ ਨਹੀਂ, ਅਤੇ ਉਹਦੇ ਜਿਹੜੀ ਇਨੋਵਾ ਗੱਡੀ ਹੈ ਉਹ ਬਜਵਾੜਾ ਸਾਹਿਬ ਤੋਂ ਆ ਰਹੀ ਸੀ, ਉਹਦੇ ਵਿੱਚ ਪਬਲਿਕ ਦੇ ਨਾਲ ਰਲ ਕੇ ਹੀ ਇਹਨਾਂ ਨੂੰ ਬਾਹਰ ਕੱਢ ਕੇ ਅੱਜ ਹੋਸਪਿਟਲ 'ਚ ਪਹੁੰਚਾਇਆ। ਕਿੱਦਾਂ ਦੇ ਦੱਸੇ ਜਾ ਰਹੇ ਹਾਲਤ? ਕਿੱਦਾਂ ਕੰਡੀਸ਼ਨ? ਸੀਰੀਅਸ ਹੈਗੀ ਆ, ਚੈੱਕ ਕਰ ਰਹੇ ਹਾਂ ਡਾਕਟਰ ਸਾਹਿਬ। अमृतसर के CIA स्टाफ दो की पुलिस ने तीन नामी गैंगस्टरों को काबू करने में बड़ी सफलता हासिल की है। इस संबंध में जानकारी देते हुए पुलिस कमिश्नर गुरप्रीत सिंह भुल्लर ने बताया कि सूचना के आधार पर CIA स्टाफ दो की ASI बलजिंदर सिंह ने पुलिस पार्टी सहित बसंत एवेन्यू क्षेत्र से इन तीन आरोपियों को काबू किया, जिनकी पहचान सागर सिंह उर्फ सागर निवासी गाँव गुरुवली तरन तारण रोड अमृतसर, शरणजीत सिंह उर्फ सूरज निवासी भिंडर कॉलोनी गुरुवाली तरन तारण रोड अमृतसर और मनप्रीत सिंह उर्फ रोहित उर्फ रंधावा निवासी
ਪਾਵਰ ਕਾਲੋਨੀ ਮਜੀਠਾ ਰੋਡ ਅੰਮ੍ਰਿਤਸਰ ਕੇ ਤੌਰ ਪਰ ਹੋਈ ਹੈ। ਜਿਨਕੇ ਪਾਸ ਸੇ 2 ਪਿਸਤੌਲ .45 ਬੋਰ, 2 ਮੈਗਜ਼ੀਨ, 17 ਜਿੰਦਾ ਰੌਂਦ, 1 ਪਿਸਤੌਲ 32 ਬੋਰ, 2 ਜਿੰਦਾ ਰੌਂਦ ਵੀ ਬਰਾਮਦ ਕੀਏ ਗਏ ਹੈ। ਪ੍ਰਾਥਮਿਕ ਪੁੱਛਤਾਛ ਮੇਂ ਇਨਕੀ ਨਿਸ਼ਾਨਦੇਹੀ ਪਰ 2 ਮੈਗਜ਼ੀਨ, 45 ਬੋਰ ਕਾ ਪਿਸਤੌਲ, 16 ਜਿੰਦਾ ਰੌਂਦ ਔਰ ਬਰਾਮਦ ਕੀਏ ਗਏ ਹੈ। ਉਨ੍ਹਾਂ ਬਤਾਇਆ ਕਿ ਪ੍ਰਾਥਮਿਕ ਜਾਂਚ ਮੇਂ ਇਹ ਬਾਤ ਸਾਹਮਣੇ ਆਈ ਹੈ ਕਿ ਇਹ ਆਰੋਪੀ ਮਨਪ੍ਰੀਤ ਸਿੰਘ ਕਾ ਸੰਬੰਧ ਨਾਮੀ ਗੈਂਗਸਟਰ ਹੈਪੀ ਜੱਟ ਕੇ ਸਾਥ ਹੈ, ਜੋ ਇਸ ਸਮੇਂ ਵਿਦੇਸ਼ ਮੇਂ ਰਹਿ ਰਹਾ ਹੈ। ਔਰ ਇਹ ਹਥਿਆਰ ਗੈਂਗਸਟਰ ਹੈਪੀ ਜੱਟ ਨੇ ਹੀ ਕਿਸੀ ਅਗਿਆਤ ਵਿਅਕਤੀ ਕੇ ਮਾਧਿਅਮ ਸੇ ਹੀ ਇਹਨੇ ਸਪਲਾਈ ਕਰਵਾਈ ਥੀ। ਵਹੀ ਉਨ੍ਹਾਂ ਕਿਹਾ ਕਿ ਆਰੋਪੀਓ ਕੋ ਅਦਾਲਤ ਮੇਂ ਪੇਸ਼ ਕਰ ਰਿਮਾਂਡ ਹਾਸਿਲ ਕੀਆ ਗਿਆ ਹੈ, ਤਾਂ ਕਿ ਇਨਸੇ ਆਗੇ ਕੀ ਪੁੱਛਤਾਛ ਕੀ ਜਾ ਸਕੇ, ਜਿਸਸੇ ਔਰ ਵੀ ਖੁਲਾਸੇ ਹੋਣੇ ਕੀ ਸੰਭਾਵਨਾ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਲਾ ਕੀ ਰਿਪੋਰਟ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਇੱਕ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਫੋਲੋ ਕਰ ਰਹੇ ਹਾਂ ਅਗੇਂਸਟ ਗੈਂਗਸਟਰਸ, ਉਹ 'ਚ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ। 3 ਗੈਂਗਸਟਰ ਅਸੀਂ ਫੜੇ ਹੈ, ਜਿਨ੍ਹਾਂ ਦੇ ਨਾਮ ਹੈਗੇ ਸਾਗਰ ਅਤੇ ਸ਼ਰਨਜੀਤ, ਜੋ ਕਿ ਤਰਨ ਤਾਰਨ ਰੋਡ ਦੇ ਰਹਿਣ ਵਾਲੇ ਹੈ, ਅਤੇ ਮਨਪ੍ਰੀਤ ਏਲੀਅਸ ਰੋਹਿਤ ਏਲੀਅਸ ਰੰਧਾਵਾ ਮਜੀਠਾ ਰੋਡ ਦਾ। ਔਰ ਇਹਨਾਂ ਦੇ ਪੁਜ਼ੈਸ਼ਨ ਤੋਂ 3 ਪਿਸਟਲ ਮਿਲੇ ਨੇ, .45 ਬੋਰ ਦੇ 2 ਅਤੇ .32 ਬੋਰ ਦੇ ਦਾ 1 ਪਿਸਟਲ ਹੈ, 35 ਲਾਈਵ ਕਾਰਟ੍ਰਿਜਸ ਅਤੇ 4 ਮੈਗਜ਼ੀਨ ਵੀ ਨਾਲ ਬਰਾਮਦ ਹੋਏ ਨੇ। ਇਹ ਸਾਰਾ ਜਿਹੜਾ ਮੋਡਿਊਲ ਹੈ ਤਿਆਰ ਕੀਤਾ ਗਿਆ ਸੀਗਾ ਹਰਪ੍ਰੀਤ ਏਲੀਅਸ ਹੈਪੀ ਜੱਟ, ਜੋ ਕਿ ਜੰਡਿਆਲਾ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ, ਔਰ ਉਹਨੇ ਇਹ ਸਾਰੇ ਵੈਪਨ ਇਹਨਾਂ ਨੂੰ ਮੁਹੱਈਆ ਕਰਾਏ ਔਰ ਫਾਈਨੈਂਸ਼ੀਅਲ ਹੈਲਪ ਵੀ ਦਿੱਤੀ। ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹ ਜਿਹੜਾ ਸਾਰਾ ਮੋਡਿਊਲ ਹੈ, ਇਹਨੂੰ ਇੱਕ ਟਾਸਕ ਦਿੱਤਾ ਗਿਆ ਸੀ ਕੰਟਰੈਕਟ ਕਿਲਿੰਗ ਦਾ, ਜਿਹੜਾ ਕਿ ਰਾਈਵਲ ਇੱਕ ਗੈਂਗਸਟਰ ਹੈਗਾ ਹੈਪੀ ਜੱਟ ਦਾ, ਜਿਹੜਾ ਕਿ ਇਹਨਾਂ ਦੀ ਆਪਸ 'ਚ ਜੋ ਪਤਾ ਲੱਗਿਆ ਕਿ ਇਸ ਗੱਲ ਤੋਂ ਡਿਫਰੈਂਸਿਸ ਹੋਏ ਕਿ ਪੈਸੇ ਦੀ ਵੰਡ ਨੂੰ ਲੈ ਕੇ। ਔਰ ਇਹ ਆਪ ਇਹ ਦੂਸਰੀ ਗੱਲ ਇਹ ਪਤਾ ਲੱਗੀ ਹੈ ਕਿ ਹੈਪੀ ਜੱਟ ਇਸ ਵੇਲੇ ਫੋਰਨ ਕੰਟਰੀ ਬੇਸਡ ਹੈਗਾ, ਇੱਥੋਂ ਭੱਜ ਚੁੱਕਿਆ ਔਰ ਉੱਥੋਂ ਬੈਠਾ ਇਹ ਮੋਡਿਊਲ ਚਲਾ ਰਿਹਾ ਸੀ। ਇਹਦੇ 'ਚ ਅੱਗੇ ਵੀ ਡਿਟੇਲ 'ਚ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਹਰ ਪਹਿਲੂ ਤੋਂ, ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ 'ਚ ਹੋਰ ਵੀ ਇਹ 'ਚ ਗ੍ਰਿਫਤਾਰੀਆਂ ਅਸੀਂ ਕਰਾਂਗੇ। ਹੈਪੀ ਜੱਟ ਦਾ ਜੇ ਬੈਕਗਰਾਊਂਡ ਦੇਖੀਏ ਤਾਂ 18 FIR ਉਹਦੇ ਖਿਲਾਫ਼ ਦਰਜ ਹੈ, ਬੜੀਆਂ ਹੀਨਸ ਕ੍ਰਾਈਮ ਦੀਆਂ, ਚਾਹੇ ਉਹ ਤਰਨ ਤਾਰਨ ਹੋਵੇ, ਅੰਮ੍ਰਿਤਸਰ ਰੂਰਲ ਹੋਵੇ, ਡਿਸਟ੍ਰਿਕਟ ਐਸੋਸੀ ਅੰਮ੍ਰਿਤਸਰ, ਔਰ ਹਰ ਤਰ੍ਹਾਂ ਦੇ ਕੇਸ ਇਹਦੇ ਖਿਲਾਫ਼, ਚਾਹੇ ਆਰਮਜ਼ ਐਕਟ ਹੈ, NDPS ਐਕਟ ਹੈ, ਇਹਦੇ ਖਿਲਾਫ਼ ਦਰਜ ਨੇ। ਔਰ ਹੁਣ ਵੀ ਬੈਠਾ ਹੈ ਬਾਹਰੋਂ ਆਪਣੀਆਂ ਗਤੀਵਿਧੀਆਂ ਨੂੰ ਚਲਾ ਰਿਹਾ। ਸੋ ਮੈਂ ਇਹਨੂੰ ਅੱਛੀ ਕਾਮਯਾਬੀ ਮੰਨਦਾ ਆਪਣੀ ਟੀਮ ਨੂੰ ਔਰ ਮੁਬਾਰਕਬਾਦ ਦਿੰਦਾ, ਔਰ ਇਹਦੇ 'ਚ ਅਸੀਂ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਹੋਰ ਵੀ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂ। ਫਿਰੋਜ਼ਪੁਰ ਪੁਲਿਸ ਨੇ ਇੱਕ ਅੰਧੇ ਕਤਲ ਕੀ ਗੁੱਥੀ ਕੋ ਸੁਲਝਾਨੇ ਵਿੱਚ ਸਫਲਤਾ ਹਾਸਿਲ ਕੀ ਹੈ। ਗਤ ਦਿਨੋਂ ਫਿਰੋਜ਼ਪੁਰ ਕੇ ਥਾਣਾ ਮੱਖੂ ਕੇ ਇਲਾਕੇ ਮੇਂ ਇੱਕ ਲਾਸ਼ ਕੋ ਪੁਲਿਸ ਦੁਆਰਾ ਕਬਜ਼ੇ ਮੇਂ ਲਿਆ ਗਿਆ ਥਾ, ਤੋ ਵਹੀਂ ਲਾਸ਼ ਕੋ ਦੇਖ ਕਰ ਲੱਗ ਰਹਾ ਥਾ ਕਿ ਇਹ ਮਾਮਲਾ ਕਤਲ ਕਾ ਹੈ। ਜ਼ਿਲ੍ਹਾ ਪੁਲਿਸ ਕੀ ਤਰਫ ਸੇ ਛਾਨਬੀਨ ਕਰਨੇ ਪਰ ਇਸ ਕਤਲ ਮੇਂ ਸ਼ਾਮਿਲ 3 ਲੋਕੋ ਕੋ ਗ੍ਰਿਫਤਾਰ ਕਰਨੇ ਮੇਂ ਪੁਲਿਸ ਕੋ ਸਫਲਤਾ ਮਿਲੀ ਹੈ। ਵਹੀਂ SSP ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਬਤਾਇਆ ਕਿ ਫਿਰੋਜ਼ਪੁਰ ਪੁਲਿਸ ਨੇ ਇੱਕ ਅੰਧੇ ਕਤਲ ਕੀ ਗੁੱਥੀ ਕੋ ਸੁਲਝਾਨੇ ਮੇਂ ਕਾਮਯਾਬੀ ਹਾਸਿਲ ਕੀ ਹੈ। ਉਨ੍ਹਾਂ ਬਤਾਇਆ ਕਿ ਪਿਛਲੇ ਦਿਨੋਂ ਥਾਣਾ ਮੱਖੂ ਕੇ ਅੰਤਰਗਤ ਪੁਲਿਸ ਕੋ ਕਤਲ ਕੀ ਸੂਚਨਾ ਮਿਲੀ ਥੀ, ਜਿਸਕੇ ਤਹਿਤ ਪੁਲਿਸ ਦੁਆਰਾ ਬਣਾਈ ਗਈ ਟੀਮ ਨੇ ਬੜੀ ਹੀ ਮੁਸਤੈਦੀ ਸੇ ਜਾਂਚ ਸ਼ੁਰੂ ਕੀ, ਜਿਸਕੇ ਤਹਿਤ ਨਵਦੀਪ ਸਿੰਘ, ਜਸਕਰਨ ਸਿੰਘ ਔਰ ਇੱਕ ਨਾਬਾਲਿਗ ਸਹਿਤ ਇਸ ਕਤਲ ਮੇਂ ਸ਼ਾਮਿਲ 3 ਲੋਕੋ ਕੋ ਗ੍ਰਿਫਤਾਰ ਕੀਆ ਗਿਆ। ਉਨ੍ਹਾਂ ਬਤਾਇਆ ਕਿ ਇਨਕੇ ਪਾਸ ਸੇ ਇੱਕ ਪਿਸਟਲ ਔਰ ਮੋਟਰਸਾਈਕਲ ਬਰਾਮਦ ਕੀਆ ਗਿਆ ਹੈ। ਵਹੀਂ ਉਨ੍ਹਾਂ ਨੇ ਕਿਹਾ ਕਿ ਇਹਨਾਂ ਲੋਕੋ ਸੇ ਪੁੱਛਤਾਛ ਅਭੀ ਜਾਰੀ ਹੈ, ਜਿਸਸੇ ਔਰ ਵੀ ਕਈ ਅਹਿਮ ਖੁਲਾਸੇ ਹੋਣੇ ਕੀ ਸੰਭਾਵਨਾ ਹੈ। ਫਿਰੋਜ਼ਪੁਰ ਸੇ ਹਲਚਲ ਕੇ ਲਈ ਮਨਜੀਤ ਸਿੰਘ ਕੀ ਰਿਪੋਰਟ। ਟ੍ਰੇਸ ਕੀਤਾ ਗਿਆ ਕਿੱਥੋਂ ਦਾ ਗਿਆ ਤੇ ਕਿਦੋਂ ਹੋਇਆ ਸੀ। ਫਿਰੋਜ਼ਪੁਰ ਜ਼ਿਲ੍ਹੇ ਕੇ ਜ਼ੀਰਾ ਸਬ ਡਿਵੀਜ਼ਨ PS ਮੱਖੂ ਦੇ ਵਿੱਚ ਸਾਨੂੰ ਇੱਕ ਅਨਆਈਡੈਂਟੀਫਾਈਡ ਡੈੱਡ ਬੋਡੀ ਮਿਲੀ ਸੀਗੀ।
ਜਦੋਂ ਸਾਨੂੰ ਡੈੱਡ ਬੋਡੀ ਅਸੀਂ ਡਿਸਕਵਰ ਕੀਤੀ ਉਹਦੇ ਹੱਥ ਬੰਨ੍ਹੇ ਹੋਏ ਸੀਗੇ, ਮੂੰਹ ਦੇ ਵਿੱਚ ਵੀ ਕੱਪੜਾ ਸੀਗਾ ਅਤੇ ਗਨ ਸ਼ੋਟ ਵੂਨਸ ਅਤੇ ਅਨਿਆ ਵੂਨ ਵੀ ਬੋਡੀ 'ਚ ਸੀਗੇ। ਬੋਡੀ ਦੇ ਬਾਰੇ 'ਚ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਸੀਗੀ। ਉਸ ਤੋਂ ਬਾਅਦ ਅਸੀਂ ਉਹਦੇ ਉੱਪਰ ਮੁਕੱਦਮਾ ਦਰਜ ਕੀਤਾ ਐਂਡ ਸਾਡੀ ਵੱਖ ਵੱਖ ਟੀਮੇ ਬਣਾਈ ਗਈ, ਐੱਸ ਪੀ ਇਨਵੈਸਟੀਗੇਸ਼ਨ ਰਣਧੀਰ, ਡੈਪਟੀ ਐੱਸ ਪੀ ਜ਼ੀਰਾ ਅਤੇ ਡੈਪਟੀ ਐੱਸ ਪੀ ਡੀ ਦੇ ਅੰਦਰ ਟੀਮੇ ਬਣਾਈ ਗਈ। ਜਿੰਨੇ ਵੀ ਨੇਬਰਿੰਗ ਡਿਸਟ੍ਰਿਕਟਸ ਹੈ, ਤਰਨ ਤਾਰਨ ਸਾਡੀ ਡਿਸਟ੍ਰਿਕਟ, ਫਿਰੋਜ਼ਪੁਰ, ਸਾਰੇ ਰੂਟ ਜੋ ਉਸ ਇੰਸੀਡੈਂਟ ਉਸ ਜਗ੍ਹਾ ਨੂੰ ਲੀਡ ਕਰਦੇ ਸੀਗੇ, ਸਾਰੀ ਟੀਮਾਂ ਨੇ ਮਿਲ ਕੇ ਲਗਭਗ 100 ਦੇ ਉੱਪਰ ਕੈਮਰੇ ਚੈੱਕ ਕੀਤੇ। ਫਾਈਨਲੀ ਥਰੂ ਟੈਕਨੀਕਲ ਇਨਪੁੱਟ ਸਾਨੂੰ ਇੱਕ ਖਬਰ ਮੌਸੂਲ ਹੋਈ ਅਤੇ ਹਾਸਿਲ ਹੋਈ ਕਿ ਤਰਨ ਤਾਰਨ ਦੇ ਵਿੱਚ ਕੁਝ ਬੰਦੋ ਦੇ ਵਿਚਕਾਰ ਲੜਾਈ ਹੋਈ ਹੈ। ਉਸ ਲਿੰਕ ਨੂੰ ਫੋਲੋ ਕਰਦੇ ਕਰਦੇ ਅਸੀਂ ਫਾਈਨਲੀ ਇਸ ਮਰਡਰ ਕੇਸ ਕੋ ਟਰੇਸ ਕਰਨੇ ਮੇ ਕਾਮਯਾਬ ਹੋਏ ਹਾਂ। ਇਹਦੇ ਵਿੱਚ 3 ਬੰਦੇ ਸ਼ਾਮਿਲ ਸੀਗੇ, ਉਹਦੇ ਵਿੱਚ ਇੱਕ ਜੁਵਨਾਇਲ ਸੀਗਾ, ਇੱਕ ਜਿਹੜਾ ਮੇਨ ਨਵਦੀਪ ਸਿੰਘ, ਉਸਦੀ ਉਮਰ 21 ਸਾਲ ਹੈ, ਉਹਨੂੰ ਅਸੀਂ ਕੋਲਕਾਤਾ ਵੈਸਟ ਬੰਗਾਲ 'ਚ ਫੜ ਕੇ ਲਾਏ ਹੈ, ਅਤੇ ਜਸਕਰਨ ਸਿੰਘ, ਉਹਨੂੰ ਅਸੀਂ ਪੰਜਾਬ 'ਚ ਹੀ ਫੜਿਆ ਹੈਗਾ। ਇਹ ਤਿੰਨੋ ਬੰਦੇ ਅਤੇ ਚਾਰੋ ਬੰਦੇ ਦੋਸਤ ਸੀਗੇ, ਇਹਨਾਂ ਦੇ ਵਿਚਕਾਰ ਲੜਾਈ ਹੋਈ ਜਿਹਦੇ ਕਰਕੇ ਇਹਨਾਂ ਨੇ ਇਹ ਮਰਡਰ ਕੀਤਾ ਹੈ। ਇਹ ਪਹਿਲੇ ਦੋਸਤ ਸੀਗੇ, ਉਸੇ ਦਿਨ ਇਹਨਾਂ ਦੇ ਉਸ ਦਿਨ ਵਿੱਚ ਜਬ ਡੈਥ ਹੋਈ ਹੈ, ਉਸ ਤੋਂ ਇੱਕ ਦਿਨ ਪਹਿਲੇ, ਉਸ 8-9 ਅਤੇ ਉਸ ਦੌਰਾਨ ਇਹਨਾਂ ਦੇ ਵਿਚਕਾਰ ਲੜਾਈ ਹੋਈ ਹੈ ਜੋ ਹੁਣ ਤੱਕ ਪਤਾ ਚੱਲਾ ਹੈ। ਉਹਦੇ ਬਾਅਦ ਇਹਨਾਂ ਨੇ ਬਦਲਾ ਲੈਣ ਵਾਸਤੇ ਇਸ ਬੰਦੇ ਨੂੰ ਮਾਰਾ ਅਤੇ ਮਰਡਰ ਕੀਤਾ ਹੈ ਜੀ। ਫਿਲੌਰ ਨੈਸ਼ਨਲ ਹਾਈਵੇ ਪਰ ਮੋਟਰਸਾਈਕਲ ਸਵਾਰ 2 ਲੁਟੇਰੇ ਪਿਸਤੌਲ ਕੀ ਨੋਕ ਪਰ ਪੈਟਰੋਲ ਪੰਪ ਕੇ ਕਰਮਚਾਰੀ ਸੇ ਨਕਦੀ ਲੁੱਟ ਕਰ ਫਰਾਰ ਹੋ ਗਏ। ਮਿਲੀ ਜਾਣਕਾਰੀ ਕੇ ਮੁਤਾਬਿਕ ਬਾਈਕ ਸਵਾਰ 2 ਲੁਟੇਰੇ ਪੈਟਰੋਲ ਪੰਪ ਪਰ ਪੈਟਰੋਲ ਡਲਵਾਨੇ ਕੇ ਲੀਏ ਆਏ। ਜਬ ਕਰਮਚਾਰੀ ਨੇ ਪੈਟਰੋਲ ਡਾਲਨੇ ਕੇ ਬਾਅਦ ਉਨਸੇ ਪੈਸੇ ਮੰਗੇ ਤੋ ਲੁਟੇਰੋ ਨੇ ਪਿਸਤੌਲ ਨਿਕਾਲੀ ਔਰ ਪੈਟਰੋਲ ਪੰਪ ਕਰਮਚਾਰੀ ਸੇ 3,000 ਰੁਪਯੋ ਕੀ ਨਕਦੀ ਲੁੱਟ ਕਰ ਫਰਾਰ ਹੋ ਗਏ। ਇਸ ਮੌਕੇ ਪਰ ਪੈਟਰੋਲ ਪੰਪ ਮਾਲਕ ਨੇ ਬਤਾਇਆ ਕਿ ਵੇ ਦਿਨ ਭਰ ਕੀ ਨਕਦੀ ਲਗਭਗ 2.5 ਲੱਖ ਰੁਪਏ ਲੇਕਰ ਸਾਏ 7:30 ਵਜੇ ਘਰ ਗਏ ਥੇ, ਜਿਸਕੇ ਠੀਕ 1 ਘੰਟੇ ਬਾਅਦ ਮੋਟਰਸਾਈਕਲ ਪਰ ਸਵਾਰ ਹੋਕਰ ਆਏ ਲੁਟੇਰੋਂ ਦੁਆਰਾ ਉਨਕੇ ਕਰਮਚਾਰੀ ਸੇ ਲੂਟ ਕੀ ਇਸ ਵਾਰਦਾਤ ਕੋ ਅੰਜਾਮ ਦਿਆ ਗਿਆ। ਉਨ੍ਹਾਂ ਕਿਹਾ ਕਿ ਅਗਰ ਵੇ 2.5 ਲੱਖ ਰੁਪਏ ਲੇਕਰ ਘਰ ਨਹੀਂ ਜਾਤਾ ਤੋ ਉਨਕਾ ਬੜਾ ਨੁਕਸਾਨ ਹੋ ਸਕਤਾ ਥਾ, ਤੋ ਵਹੀਂ ਘਟਨਾ ਕੀ ਸੂਚਨਾ ਪੁਲਿਸ ਕੋ ਦੇ ਦੀ ਗਈ ਹੈ। ਵਹੀਂ ਮੌਕੇ ਪਰ ਪਹੁੰਚੀ ਪੁਲਿਸ ਸੀਸੀਟੀਵੀ ਕੈਮਰੋ ਕੀ ਮਦਦ ਸੇ ਲੁਟੇਰੋ ਕੀ ਪਹਿਚਾਣ ਕਰ ਉਨ੍ਹੇ ਕਾਬੂ ਕਰਨੇ ਮੇ ਜੁਟ ਗਈ ਹੈ। ਪੁਲਿਸ ਕਾ ਕਹਿਣਾ ਹੈ ਕਿ ਜਲਦ ਹੀ ਲੁਟੇਰੋ ਕੋ ਕਾਬੂ ਕਰ ਲਿਆ ਜਾਏਗਾ। ਲਲਿਤ ਲਾਲਤਾ ਪ੍ਰਸਾਦ ਨਾਮ ਹੈ ਜੀ, ਅਤੇ ਮੋਟਰਸਾਈਕਲ ਦੇ ਦੋ ਮੁੰਡੇ ਆਏ ਸੀਗੇ ਜੀ, ਤੇਲ ਪਵਾਇਆ ਅਤੇ ਨਾਲ ਪੈਸੇ ਲੈ ਕੇ ਭੁੱਲ ਗਏ, ਰਿਵਾਲਵਰ ਦਿਖਾ ਕੇ ਜੀ ਪੈਸੇ ਖੋਲਿਆ। ਕਿੰਨੇ ਪੈਸੇ ਸੀਗੇ? ਪੈਸੇ 3-4 ਹਜ਼ਾਰ ਸੀਗੇ ਸਾਡੇ। 3-4 ਹਜ਼ਾਰ ਸੀ, ਅਤੇ ਤੇਲ 600 ਦਾ ਤੇਲ ਵੀ ਪਵਾਇਆ ਜੀ, ਫੁੱਲ ਗਿਆ। 600 ਦਾ ਤੇਲ ਪਵਾਇਆ, ਮੂੰਹ ਹਾਂਜੀ ਮੂੰਹ ਬੰਨਿਆ ਸੀਗਾ ਜੀ, ਅਤੇ 2 ਜਣੇ ਸੀਗੇ ਮੂੰਹ ਬੰਨ ਲੱਗਦੇ ਨੇ। ਕਿਹੜੀ ਟਾਈਪ ਸੀ ਬੰਦੇ? ਮੂੰਹ ਬੰਨਿਆ ਸੀਗਾ ਜੀ, ਦੇਖਿਆ ਉਹਨੇ, ਦੇਖਿਆ ਨਹੀਂ ਹੈ ਨਾ। ਹਾਂਜੀ, ਪੁਲਿਸ ਵਾਲੇ ਕੋਲ ਜਾਣਕਾਰੀ? ਹਾਂ, ਪੁਲਿਸ ਨੇ ਦਿੱਤੇ ਸੀ ਉਦੋਂ ਹੀ, ਕੱਲ ਦੇ ਮਾਲਕ ਕੋਲ ਜਾਣਕਾਰੀ ਦੇ ਦੀ ਜੋ ਟਰੱਕ। ਹਾਂਜੀ ਹਾਂਜੀ, ਉਸ ਟਾਈਮ ਜੀ ਪੁਲਿਸ ਵਾਲੇ ਆਏ ਸੀ? ਪੁਲਿਸ ਵਾਲੇ ਰਾਤ ਆਏ ਸੀਗੇ ਜੀ, 2-3 ਚੱਕਰ। ਸੀਸੀਟੀਵੀ ਕੈਮਰੇ ਨਿਕਾਲੇ? ਹਾਂਜੀ ਕੈਮਰੇ ਨਿਕਾਲੇ। ਓਕੇ, ਕਿਆ ਮੰਗ ਕਰ ਰਹੇ ਹੋ? ਮੰਗ ਸਰ, ਇਹਨੂੰ ਪਕੜਿਆ ਜਾ ਸਰ, ਦੇਖੋ ਜੀ ਇੱਦਾਂ ਲੁੱਟ ਹੋ ਰਹੀ ਹੈ ਸਰ, ਇੱਦਾਂ ਸਾਡਾ ਜੀ ਹਮਰਾਨ ਹੈ। ਇਹ ਬਾਸੀ ਪੈਲਸ ਦੇ ਨਾਲ ਐਚ ਪੀ ਪੈਟਰੋਲ ਪੰਪ ਹੈ, ਜਿਹਦੇ ਜਿਹੜੇ ਸਿਲਵਰ ਮੋਟਰਸਾਈਕਲ ਦੇ ਦੋ ਮੋਨੇ ਨੌਜਵਾਨ ਜਿਨ੍ਹਾਂ ਨੇ ਮੂੰਹ ਬੰਨੇ ਸੀ, ਅਤੇ 600 ਰੁਪਏ ਦਾ ਤੇਲ ਪਵਾਇਆ, ਅਤੇ ਬਾਅਦ ਜਦੋਂ ਉਹਨੇ ਪੈਸੇ ਦੀ ਮੰਗ ਕੀਤੀ ਅਤੇ ਉਹਦੇ ਕੋਲੋਂ ਜਿਹੜੇ ਹੱਥ 'ਚ ਫੜੇ ਪੈਸੇ ਸੀ ਜਿਹੜੇ ਡਰਾ ਧਮਕਾ ਕੇ ਉਹਦੇ ਕੋਲੋਂ ਕਰੀਬ 3,000 ਰੁਪਇਆ ਜਿਹੜਾ ਖੋ ਕੇ ਫਲੋਰ ਸਾਈਡ ਨੂੰ ਭੱਜ ਗਏ। ਕਿੱਦਾਂ ਦਾ ਹੋਲੀਆ ਦੱਸਿਆ ਉਹਨਾਂ ਨੂੰ? ਹੋਲੀਆ ਉਹਨਾਂ ਨੇ ਦੋਨਾਂ ਨੇ ਮੋਨੇ ਨੌਜਵਾਨ ਹੈ, ਅਤੇ ਕੱਦ ਉਹਨਾਂ ਦੇ ਲੰਬੇ ਆ, ਅਤੇ ਜਿਹੜੇ ਪੈਸੇ ਖੋ ਕੇ ਜਿਹੜੇ ਫਲੋਰ ਸਾਈਡ ਨੂੰ ਭੱਜ ਗਏ। ਕੀ ਲੱਗਦਾ ਜਿੱਦਾਂ ਨੋਰਮਲ ਵਾਲੀ ਸਾਈਡ ਆ, ਦਿਲਗੇ ਵਾਲੀ ਸਾਈਡ 'ਤੇ ਕਾਫੀ ਪੈਟਰੋਲ ਪੰਪ 'ਤੇ ਲੁੱਟਾਂ ਖੋਈਆਂ ਹੋਈਆਂ, ਉਹੀ ਤਾਂ ਨਹੀਂ ਲੱਗਦੇ ਉਹਨਾਂ ਨਾਲ ਕਿਤੇ ਸ਼ਕਲ ਮਿਲਾ ਰਹੇ ਆ ਸੀਸੀਟੀਵੀ ਕੈਮਰੇ ਨੇ?
ਕੋਈ ਨਹੀਂ, ਇਸ ਸੰਬੰਧੀ ਜਿਹੜੀ ਹੈ ਤਫਤੀਸ਼ ਅਸੀਂ ਕਰ ਰਹੇ ਹਾਂ, CCTV ਜਿਹੜੇ ਆ ਕੈਮਰੇ ਆਲੇ ਦੁਆਲੇ ਸਾਰੇ ਦੇਖ ਰਹੇ ਹਾਂ, ਜੇ ਉਹਦੇ ਵਿੱਚ ਉੱਦਾਂ ਦੀ ਕੋਈ ਆਈ ਤਾਂ ਨਹੀਂ ਕਰਾਂਗੇ। FIR ਜਿਹੜਾ ਦਰਜ ਕਰ ਦਿੱਤੀ ਹੈ ਅਤੇ ਤਫਤੀਸ਼ ਜਿਹੜੀ ਕਰ ਰਹੇ ਹਾਂ। ਮੁਕਦਮਾ ਖੋਦਾ ਹੈ ਜਲੰਧਰ ਕੇ ਅਧੀਨ ਅਤੇ ਨੂਰ ਮਹਿਲ ਮੇਂ ਪ੍ਰਾਚੀਨ ਭੂਤਨਾਥ ਮੰਦਿਰ ਕੀ ਗਊਸ਼ਾਲਾ ਮੇਂ ਬਨੇ ਤੂੜੀ ਕੇ ਬਨੇ ਭੰਡਾਰ ਕੋ ਅਚਾਨਕ ਆਗ ਲੱਗੀ, ਜਿਸ ਕਾਰਨ ਗਊਸ਼ਾਲਾ ਕੀ 350 ਕੇ ਕਰੀਬ ਗਾਯੋਂ ਕੇ ਚਾਰੇ ਵੀ ਕਾਮਨੇ ਵਾਲੀ ਤੂੜੀ ਜਲਕਰ ਰਾਖ ਹੋ ਗਈ। ਇਸ ਸੰਬੰਧ ਮੇਂ ਜਾਣਕਾਰੀ ਦਿੱਤੀ ਹੋਈ ਮੰਦਿਰ ਕਮੇਟੀ ਕੇ ਪ੍ਰਧਾਨ ਰਾਜਕੁਮਾਰ ਮਿਹਨ ਨੇ ਬਤਾਇਆ ਕਿ ਆਗ ਲੱਗਣੇ ਕਾ ਕਾਰਨ ਪਤਾ ਨਹੀਂ ਚੱਲ ਪਾਇਆ ਹੈ, ਲੇਕਿਨ ਇਸ ਆਗਜਨੀ ਕੇ ਕਾਰਨ ਲੱਖ ਰੁਪਏ ਕਾ ਨੁਕਸਾਨ ਹੋ ਗਿਆ ਹੈ। ਤੋ ਵਹੀ ਮੰਦਿਰ ਗਊਸ਼ਾਲਾ ਕੇ PRO ਰਾਜਿੰਦਰ ਕਾਲਰਾ ਨੇ ਬਤਾਇਆ ਕਿ ਗਊਸ਼ਾਲਾ ਮੇਂ ਆਗ ਲੱਗਣੇ ਕੇ ਕਾਰਨ 700 ਟਰਾਲੀ ਤੂੜੀ ਏਵਮ ਏਕ ਟਰੈਕਟਰ ਚਲਕਰ ਰਾਖ ਹੋ ਗਿਆ, ਜਿਸ ਕਾਰਨ ਉਨਕਾ ਲਗਭਗ 50 ਲੱਖ ਰੁਪਏ ਸੇ ਅਧਿਕ ਕਾ ਨੁਕਸਾਨ ਹੋ ਗਿਆ ਹੈ, ਜਿਸਕੇ ਚਲਤੇ 350 ਗਾਯੋਂ ਕੋ ਚਾਰਾ ਖਿਲਾਨੇ ਕੇ ਲਾਲੇ ਪੜ ਗਏ ਹੈ। ਇਸ ਲਈ ਉਨ੍ਹੋਨੇ ਪੰਜਾਬ ਸਰਕਾਰ ਵ ਪ੍ਰਸ਼ਾਸਨ ਸੇ ਮਦਦ ਕੀ ਗੁਹਾਰ ਲਗਾਈ ਹੈ। ਇਸ ਮੌਕੇ ਪਰ ਪ੍ਰਧਾਨ ਰਾਜਕੁਮਾਰ ਮਿਹਨ, ਜਨਰਲ ਸਚਿਵ ਅਨਿਲ ਮਿਸ਼ਰਾ, PRO ਰਾਜਿੰਦਰ ਕਾਲਰਾ, ਕੋਸ਼ਾਧਿਅਕਸ਼ ਹਰੀਸ਼ ਕੁਮਾਰ ਮਿਹਨ, ਹਰੀਦੇਵ ਖੋਸਲਾ, ਕ੍ਰਿਸ਼ਨ ਕੁਮਾਰ ਸੰਧੀਰ, ਰਾਜਿੰਦਰ ਕੁਮਾਰ ਸੰਧੀਰ, ਪਵਨ ਕੁਮਾਰ ਤਕਿਆਰ, ਸੰਦੀਪ ਕੁਮਾਰ ਤਕਿਆਰ, ਸੁਰੇਂਦਰ ਤਕਿਆਰ, ਸੁਭਾਸ਼ ਦੰਡ, ਓਮ ਪ੍ਰਕਾਸ਼ ਜੰਡੂ ਔਰ ਬਾਲ ਕ੍ਰਿਸ਼ਨ ਪੱਬੀ ਵੀ ਮੌਜੂਦ ਰਹੀ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਜੀ ਤੁਸੀਂ ਸਭ ਤੋਂ ਪਹਿਲਾਂ ਤਾਂ ਦੈਨਿਕ ਸਵੇਰਾ ਹਲਚਲ ਦੀ ਟੀਮ ਅੱਜ ਸਾਡੇ ਨਾਲ ਹਮਦਰਦੀ ਪ੍ਰਗਟ ਕਰਨ ਆਈ ਹੈ। ਤੁਸੀਂ ਵਿਸ਼ੇਸ਼ ਤੌਰ 'ਤੇ ਸਾਡੇ ਕੋਲ ਇੱਥੇ ਆਏ ਹਾਂ ਮੰਦਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ, ਜਿੱਥੇ ਤੁਹਾਡਾ ਲਈ ਆਭਾਰ ਪ੍ਰਗਟ ਕਰਦੀ ਹੈ। ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪਿਛਲੇ 22-23 ਸਾਲ ਤੋਂ ਇਹ ਗਊਸ਼ਾਲਾ ਦਾ ਪ੍ਰਬੰਧ ਕਰ ਰਹੀ ਹੈ ਮੰਦਰ ਸ਼੍ਰੀ ਬਾਬਾ ਭੂਤਨਾਥ ਅਤੇ ਗਊਸ਼ਾਲਾ ਕਮੇਟੀ, ਅਤੇ ਇਸੇ ਤਰ੍ਹਾਂ ਹੀ ਹਰ ਸਾਲ ਜਦੋਂ ਤੂੜੀ ਦਾ ਸੀਜ਼ਨ ਆਉਂਦਾ ਆ ਅਤੇ ਸਾਡੇ ਕੋਲ ਗਊਆਂ ਵਾਸਤੇ ਅਸੀਂ ਤੂੜੀ ਚਾਰਾ ਇਸੇ ਤਰ੍ਹਾਂ ਇਕੱਠਾ ਕਰਦੇ ਹਾਂ, ਹਰਾ ਚਾਰਾ ਵੀ ਸਭ ਲੋਕਾਂ ਦੇ ਸਹਿਯੋਗ ਨਾਲ ਚੱਲਦਾ। ਪਰ ਇਹ ਬੜਾ ਭਿਆਨਕ ਮੰਜ਼ਰ ਜਿਹੜਾ ਜਿਸਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ, ਵੀ ਸਾਡੇ ਪਰਸੋਂ ਕੱਲ੍ਹ ਸਵੇਰ ਤੜਕ ਸਾਰ 9:30 ਦੀ ਗੱਲ ਆ ਅਤੇ ਅਸੀਂ ਬੜੇ ਖੁਸ਼ ਸੀਗੇ ਕਿ ਤੂੜੀ ਸਾਡੀ ਐਤਕੀ ਸੀਜ਼ਨ ਬਹੁਤ ਸੋਹਣਾ ਸੀ, ਤੂੜੀ ਦਾ ਝਾੜ ਵੀ ਵਧੀਆ ਸੀ, ਅਸੀਂ ਆਪਣੇ ਮਿਸ਼ਨ ਨੂੰ ਪੂਰਾ ਕਰ ਬੈਠੇ ਸੀ ਅਤੇ ਬੜੇ ਖੁਸ਼ ਸੀ। ਪਰ ਅਚਾਨਕ ਸਾਨੂੰ ਸਾਰੇ ਮੈਂਬਰਾਂ ਨੂੰ ਸਵੇਰੇ ਜਦੋਂ ਫੋਨ ਆਉਣੇ ਸ਼ੁਰੂ ਹੋਏ, ਸਾਡੇ ਇੱਥੇ ਜਿਹੜੇ ਵੀ ਵਰਕਰ ਨੇ ਗਊਸ਼ਾਲਾ ਦਾ ਸਾਰਾ ਦੇਖ ਰਹੇ ਗਊਆਂ ਦੀ ਕਰਦੇ ਨੇ, ਅਤੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਅੱਗ ਲੱਗੀ ਹੋਈ ਹੈ ਅਤੇ ਧੂੰਆਂ ਨਿਕਲਦਾ, ਅਤੇ ਸਾਡੇ ਸਾਰੇ ਹੀ ਮੈਂਬਰ ਤੁਰੰਤ ਇੱਥੇ ਆ ਕੇ ਪਹੁੰਚੇ। ਪਰ ਹਾਲੇ ਤੱਕ ਸਾਨੂੰ ਜਿਹੜਾ ਹੈਗਾ ਅਸਲ ਜਿਹੜਾ ਤੂੜੀ ਦੀ ਸੜਨ ਦਾ ਜਾਂ ਕੋਈ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਵੀ ਕਿਸ ਤਰ੍ਹਾਂ ਇਹ ਸਾਰੀ ਘਟਨਾ ਹੋਈ ਹੈ। ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਮਹਾਂਸਚਿਵ ਦੀ ਜ਼ਿੰਮੇਵਾਰੀ ਹੈ। ਅਸੀਂ ਬੜਾ ਹੀ ਸਾਨੂੰ ਇਹ ਹਿਰਦੇ ਵਿਦਾਰੇ ਘਟਨਾ ਆ ਕਿ ਜਿਹੜੀ ਕੱਲ੍ਹ ਸਵੇਰੇ ਸਾਡੀ ਕਮੇਟੀ ਨੂੰ ਪਤਾ ਲੱਗੀ ਕਿ ਜਿੱਦਾਂ ਕਾਲੜਾ ਜੀ ਨੇ ਦੱਸਿਆ ਕਿ ਤੂੜੀ ਦਾ ਸਾਰਾ ਹੀ ਪ੍ਰਬੰਧ ਪ੍ਰੋਪਰ ਹੋ ਗਿਆ ਸੀ, ਅਸੀਂ ਐਤ ਕਿ ਬੜੇ ਖੁਸ਼ ਸੀਗੇ ਕਿ ਪਿਛਲੇ 2-3 ਸਾਲਾਂ ਤੋਂ ਤੂੜੀ ਦਾ ਪ੍ਰਬੰਧ ਪੂਰਾ ਨਹੀਂ ਹੋ ਸਕਿਆ ਸੀ ਅਤੇ ਸਾਰਾ ਸਾਲ ਅਸੀਂ ਔਖੇ ਰਹੇ, ਮਗਰ ਐਤ ਕਿ ਸਾਨੂੰ ਇੰਨੀ ਖੁਸ਼ੀ ਸੀ ਕਿ ਤੂੜੀ ਸਾਡੀ ਸਾਰੀ ਕੰਪਲੀਟ ਹੋ ਗਈ ਹੈ ਤਾਂ ਕਿ ਸਾਰਾ ਸਾਲ ਜਿਹੜਾ ਗਊਆਂ ਦਾ ਭੋਜਨ ਆ ਉਹ ਹੋ ਜਾਏਗਾ ਪੂਰਾ। ਲੇਕਿਨ ਪਤਾ ਨਹੀਂ ਭੋਲੇਨਾਥ ਦੀ ਕੀ ਮਰਜ਼ੀ ਸੀ, ਗਊ ਮਾਤਾ ਦੀ ਕੀ ਮਰਜ਼ੀ ਸੀ ਕਿ ਉਸ ਰਾਤ ਨੂੰ ਕੀ ਇਹ ਭਿਆਨਕ ਘਟਨਾ ਹੋਈ ਹੈ ਜਿਹਦੇ ਨਾਲ ਸਾਰੀ ਤੂੜੀ ਜਲ ਗਈ ਔਰ ਦੋਨੇ ਵੱਡੇ ਹਾਲ ਜਿਹੜੇ ਭਰੇ ਹੋਏ ਸੀ ਜਿਨ੍ਹਾਂ 'ਚ ਕਾਫੀ ਟਰਾਲੀਆਂ ਸੈਂਕੜਿਆਂ ਦੇ ਤਦਾਦ 'ਚ ਟਰਾਲੀਆਂ ਅਸੀਂ ਪੈਕ ਕਰਕੇ ਰੱਖੀਆਂ ਹੋਈਆਂ ਸੀ ਜਿਹਦੇ ਨਾਲ ਸਾਰਾ ਸਾਲ ਚਲਾਉਣਾ ਸੀ, ਬਾਹਰ ਵੀ ਤੂੜੀ ਪਈ ਸੀ, ਹੋਰ ਵੀ ਤੂੜੀ ਅਸੀਂ ਲਿਆ ਰਹੇ ਸੀ ਅਤੇ ਪਤਾ ਨਹੀਂ ਕੀ ਹੋਇਆ ਕਿ ਬਾਹਰ ਸਾਡੀ ਸਾਰੀ ਮਸ਼ੀਨਰੀ ਟਰੈਕਟਰ ਵੀ ਚੱਲ ਗਿਆ ਔਰ ਸਾਰਾ ਇਹ ਤੂੜੀ ਜਿਹੜੀ ਹੈ ਉਹ ਜਲ ਗਈ ਔਰ ਕੱਲ੍ਹ ਤਸਵੀਰ ਤੋਂ ਲੈ ਕੇ ਹੁਣ ਤੱਕ ਲਗਾਤਾਰ ਫਾਇਰ ਬ੍ਰਿਗੇਡ ਕਰਮਚਾਰੀ ਲੱਗੇ ਹੋਏ ਆ ਬੁਝਾਉਣ, ਮਗਰ ਅੱਗੇ ਬੁਝਣ ਦੇ ਨੇੜੇ ਨਹੀਂ ਆਈ ਔਰ ਐਡਾ ਵੱਡਾ ਨੁਕਸਾਨ ਜਿਹੜਾ ਆ ਅਸੀਂ
ਕਿੱਦਾਂ ਝੇਲਾਂਗੇ ਔਰ ਕਿਸ ਤਰ੍ਹਾਂ ਆਉਣ ਵਾਲਾ ਟਾਈਮ ਜਿਹੜਾ ਸਾਡਾ ਗਊਆਂ ਦਾ, ਅਸੀਂ ਉਹਨੂੰ ਕਿੱਦਾਂ ਉਹਨਾਂ ਨੂੰ ਪਾਲਾਂਗੇ ਔਰ ਕਿਸ ਤਰ੍ਹਾਂ ਗਊਆਂ ਦਾ ਸਾਰਾ ਪ੍ਰਬੰਧ ਕੀਤਾ ਜਾਊਗਾ, ਇਹਦੇ ਲਈ ਅਸੀਂ ਬਹੁਤ ਹੀ ਜ਼ਿਆਦਾ ਚਿੰਤਾਜਨਕ ਹਾਂ। ਸਾਡੇ ਪ੍ਰਧਾਨ ਜੀ ਤਾਂ ਕੱਲ੍ਹ ਅਸੀਂ ਦੇਖਿਆ ਜਿਹਨਾਂ ਨੇ ਐਡੀ ਮਿਹਨਤ ਕੀਤੀ, ਕੱਲ੍ਹ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਦਾ ਤਾਂ ਅੱਖਾਂ 'ਚੋਂ ਆਂਸੂ ਆ ਗਏ ਔਰ ਉਹ ਵਿਚਾਰੇ ਬਿਲਕ ਰਹੇ ਸੀ। ਅਸੀਂ ਇਹ ਦੇਖ ਕੇ ਬੜੇ ਹੈਰਾਨ ਸੀ ਕਿ ਐਡੀ ਮਿਹਨਤ ਤੋਂ ਬਾਅਦ ਜਿਹੜੇ ਕੰਮ ਕੀਤੇ ਜਾਂਦੇ ਆ, ਇਹ ਪਤਾ ਨਹੀਂ ਹੁਣ ਭਗਵਾਨ ਦੀ ਕੀ ਮਰਜ਼ੀ ਹੈ, ਕੀ ਹੋਇਆ, ਕਿਉਂ ਹੋਇਆ, ਇਹਦੇ ਬਾਰੇ ਅਸੀਂ ਕੁਝ ਦੱਸ ਨਹੀਂ ਸਕਦੇ। ਮਗਰ ਐਡਾ ਵੱਡਾ ਹਾਦਸਾ ਹੋਇਆ ਔਰ ਐਡਾ ਜ਼ਿਆਦਾ ਨੁਕਸਾਨ ਹੋਇਆ ਕਿ ਮੰਦਰ ਸ਼੍ਰੀ ਬਾਬਾ ਭੂਤਨਾਥ ਕਮੇਟੀ ਇਕੱਲੀ ਪੂਰੀ ਨਹੀਂ ਕਰ ਸਕਦੀ। ਆਉਣ ਵਾਲਾ ਟਾਈਮ ਅਸੀਂ ਸੋਚਦੇ ਕਿ ਕਿੱਦਾਂ ਹੋਊਗਾ ਔਰ ਅਸੀਂ ਸਾਰਾ ਸਾਲ ਗਊਆਂ ਦੀ ਪਾਲਣਾ ਕਿੱਦਾਂ ਕਰਾਂਗੇ। ਮੈਂ ਰਾਜਕੁਮਾਰ ਮਹਿਲ, ਸਾਰੇ ਹੀ ਇਲਾਕੇ ਦੇ ਬਹੁ ਭਗਤਾਂ ਨੂੰ ਇਹ ਬੜੀ ਦੁੱਖ ਭਰੀ ਘਟਨਾ ਜਿਹੜੀ ਕਿ ਕੱਲ੍ਹ ਸਵੇਰੇ 3 ਵਜੇ ਵਾਪਰੀ ਹੈ, ਜਿਹਦੇ ਨਾਲ ਸਾਰੇ ਹੀ ਇਲਾਕੇ ਦੇ ਵਿੱਚ ਬਹੁਤ ਹੀ ਦੁੱਖ ਹੋਇਆ। ਸਾਰਿਆਂ ਨੇ ਬਹੁਤ ਹੀ ਇਸ ਦੁੱਖ ਨੂੰ ਮੰਨਿਆ ਕਿ ਜਿਹੜੀ ਕਿ 3 ਵਜੇ ਸਾਰੀ 2 ਸ਼ੈੱਡਾਂ ਦੀ ਤੂੜੀ ਜਿਹੜੀ ਸੀਗੀ ਸੜ ਕੇ ਸਵਾਹ ਹੋ ਗਈ, ਇਹ ਬਹੁਤ ਹੀ ਮਾੜਾ ਕੰਮ ਹੋਇਆ। ਮਨ ਨੂੰ ਸਾਰਿਆਂ ਨੂੰ ਬਹੁਤ ਦੁੱਖ ਹੋਇਆ। ਤਾਂ ਇਹ ਪਹਿਲਾਂ ਜਿਹੜੀ ਗਊ ਤੂੜੀ ਭਰੀ ਗਈ ਹੈ, ਇਹ ਪਹਿਲਾਂ ਸਾਰੇ ਜਿੰਨੇ ਗਊ ਭਗਤ ਸ਼ਹਿਰ ਦੇ ਆ, ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਮਿਹਨਤ ਨਾਲ, ਹਰ ਜਿਹਦੇ ਕੋਲ ਗਿਆ ਉਹਨਾਂ ਨੇ ਸਾਰਿਆਂ ਨੇ ਤੂੜੀ ਲਈ ਪੈਸੇ ਦਿੱਤੇ। ਉਹ ਬੜੇ ਹੀ ਆਰਾਮ ਦੇ ਨਾਲ ਤੂੜੀ ਜਿਹੜੀ ਆ ਪੂਰੀ ਹਾਲ ਫੁੱਲ ਹੋ ਗਿਆ ਸੀ, ਬੜੇ ਹੀ ਸਾਰੇ ਗਊ ਭਗਤ ਖੁਸ਼ ਸੀਗੇ ਕਿ ਪਤਾ ਨਹੀਂ ਕੀ ਘਟਨਾ ਵਾਪਰੀ ਕਿ 3:30 ਵਜੇ ਇਹ ਘਟਨਾ ਵਾਪਰ ਗਈ ਸੀ ਕਿ ਸੜਕ ਤੋਂ ਸਵਾਹ ਹੋ ਗਿਆ। ਹੁਣ ਸਾਨੂੰ ਗਊਸ਼ਾਲਾ ਤਾਂ ਪਹਿਲਾਂ ਹੀ ਬਹੁਤ ਹੀ ਘਾਟੇ 'ਚ ਜਾ ਰਹੀ ਹੈ। ਇਹ ਨਗਰ ਕੌਂਸਲ ਨੂਰ ਮਹਿਲ ਦੀ ਕੈਟਲ ਪਾਉਂਡ ਆ ਜਿਹੜੀ ਕਿ 10-12-13 ਸਾਲ ਤੋਂ ਚੱਲਦੀ ਹੈ, ਉਹਨਾਂ ਦੀਆਂ 2-2.5 ਸੌ ਗਾਈਆਂ ਅਸੀਂ ਉਹਦੀ ਲੁੱਕ ਆਫਟਰ ਕਰਦੇ ਹਾਂ, ਉਹ ਸਾਨੂੰ ਸਾਲ ਬਾਅਦ 9 ਲੱਖ ਰੁਪਈਆ ਚਾਰੇ ਤੂੜੀ ਦਾ ਦੇ ਰਿਹਾ। ਉਸ ਨੂੰ ਵੀ ਤਾਂ ਤੀਜਾ ਸਾਲ ਚੜ੍ਹ ਗਿਆ ਕਿ 27 ਲੱਖ ਰੁਪਈਆ ਸਾਡਾ ਨਗਰ ਕੌਂਸਲ ਜਿਹੜੀ ਆ ਉਹ ਹਜੇ ਤਾਈਂ ਨਹੀਂ ਦੇ ਰਹੀ, ਉਹਦੇ ਹਜੇ ਜਮ੍ਹਾਂ ਵਾ ਉਹ ਹਜੇ ਵੀ ਟਾਲ ਮਟੋਲ ਕਰ ਰਹੀ ਆ। ਇਹ ਤੂੜੀ ਦਾ ਪੈਸਾ ਅਸੀਂ ਲੋਕਾਂ ਦੀਆਂ ਮਿਹਨਤਾਂ ਕਰਕੇ ਆਧਾਰ ਪੜ੍ਹ ਕੇ ਕਰਕੇ ਪੇ ਗਊਆਂ ਦੀ ਸਾਲ ਦੇ ਚਾਰੇ ਦੇ ਲਈ ਘੱਟੋ ਘੱਟ ਅਸੀਂ ਇਹ 18-20 ਲੱਖ ਦੀ ਤੂੜੀ ਪਾਈ ਆ। ਲੋਕਾਂ ਨੇ ਦਾਨ ਵੀ ਦਿੱਤਾ, ਬਹੁਤ ਹੀ ਖੁਸ਼ ਹੋ ਕੇ ਦਾਨ ਦਿੱਤਾ, ਪਰ ਹੁਣ ਸਾਨੂੰ ਮੂਹਰੇ ਬਹੁਤ ਹੀ ਮਾੜੀ ਘਟ ਜਿਹੜਾ ਵਗਤ ਆ ਗਿਆ ਕਿ ਅਸੀਂ ਹੁਣ ਮੁੜੀਏ 350 ਗਾਈ ਆ, ਜੇ ਗਊ ਮਾਤਾ 350 ਆ, ਇਹਦੀ ਦੇਖਭਾਲ ਅਸੀਂ ਕਿਸ ਤਰ੍ਹਾਂ ਕਰਾਂਗੇ? ਦੇਖੋ ਜੀ, ਇਹ ਗਊ ਮਾਤਾ ਦੀ ਕਿਰਪਾ ਹੀ ਹੋਈ ਆ ਭੋਲੇ ਨਾਥ ਜੀ ਦੀ ਕਿ ਸਾਡਾ ਕੋਈ ਜਾਨੀ ਨੁਕਸਾਨ ਕਿਸੇ ਵਿਅਕਤੀ ਦਾ ਜਾਂ ਗਊ ਮਾਤਾ ਦਾ ਨਹੀਂ ਹੋਇਆ, ਪਰ ਜੇ ਮੌਕੇ 'ਤੇ ਅਸੀਂ ਨਾ ਪਹੁੰਚਦੇ ਤਾਂ ਕੁਛ ਵੀ ਸੰਭਵ ਸੀਗਾ। ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈ ਕਿ ਭਰਪਾਈ ਕਿਵੇਂ ਹੋਵੇਗੀ, ਪ੍ਰਧਾਨ ਜੀ ਨੇ ਬਹੁਤ ਵੱਡੀ ਚਿੰਤਾ ਵਿਅਕਤ ਆਲਰੇਡੀ ਤੁਹਾਡੇ ਸਾਹਮਣੇ ਕਰ ਦਿੱਤੀ ਆ ਕਿ ਇਸ ਦੀ ਭਰਪਾਈ ਕਰਨਾ ਸਾਡੇ ਲਈ ਤਾਂ ਸੰਭਵ ਨਹੀਂ ਹੈ। ਅਤੇ ਅਸੀਂ ਧੰਨਵਾਦੀ ਹਾਂ ਫਿਰ ਵੀ NRI ਵੀਰਾਂ ਦੇ, ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਇਮਦਾਦ ਭੇਜੀ, ਸਥਾਨਕ ਲੋਕਾਂ ਨੇ, ਗਊ ਭਗਤਾਂ ਨੇ। ਪਰ ਅੱਜ ਜਿਹੜਾ ਹੈਗਾ ਆ, ਤੁਸੀਂ ਜੇ ਕਹੀਏ ਇਹ ਤੂੜੀ ਦਾ ਜਿਹੜਾ ਕਚਰਾ ਆ ਹੁਣ ਸੜਿਆ ਹੋਇਆ ਬਾਹਰ ਕੱਢਣ ਵਾਸਤੇ ਸਾਨੂੰ ਮੇਰਾ ਖਿਆਲ ਆ ਕਿ 4-5 ਲੱਖ ਰੁਪਏ ਦਾ ਉੱਤੇ ਖਰਚਾ ਆਵੇਗਾ, ਕਿਉਂਕਿ JCB ਤੋਂ ਬਿਨਾਂ ਭਰੀ ਨਹੀਂ ਜਾਣੀ ਹੋਰ। ਅਤੇ ਮੈਂ ਹੋਰ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਅਸੀਂ ਸ਼ਿਕਾਇਤ ਕੀਤੀ ਸੀ, ਆਪਣਾ ਮੰਗ ਰੱਖੀ ਸੀ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਕੋਲ, ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਕੋਲ, ਅਤੇ ਉਹਨਾਂ ਦੀ ਟੀਮ ਨੇ ਵਿਜ਼ਿਟ ਸਾਡੇ ਕੋਲ ਕੀਤਾ ਔਰ ਸਾਡੇ ਨਾਲ ਵਾਅਦਾ ਕੀਤਾ। ਅਤੇ ਇੱਕ ਹੋਰ ਦੱਸਣਾ ਚਾਹੁੰਦਾ ਕਿ ਸਾਡਾ ਪਿਛਲੇ 2 ਸਾਲ ਤੋਂ ਜਿਹੜੀ ਸਾਨੂੰ, ਕਿਉਂਕਿ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਕੈਟਲ ਪਾਉਂਡ ਆ ਨਗਰ ਕੌਂਸਲ ਦੀ, ਅਸੀਂ ਨਗਰ ਕੌਂਸਲ ਦੀਆਂ ਗਊਆਂ ਦਾ ਧਰਮਾਰਥ ਇਹ ਸੇਵਾ ਕਰ ਰਹੇ ਹਾਂ। ਅਤੇ ਉਹਨਾਂ ਦਾ 2 ਸਾਲ ਦਾ ਜਿਹੜਾ ਹੈਗਾ ਆ ਆਲਰੇਡੀ 9 ਲੱਖ ਰੁਪਇਆ ਪਰ ਈਅਰ ਸਾਨੂੰ ਮਿਲਦਾ ਤੂੜੀ ਚਾਰੇ ਵਾਸਤੇ, ਖਲ ਵਾਸਤੇ, ਵੜੇਵਿਆਂ ਵਾਸਤੇ। ਤੀਸਰਾ ਸਾਲ ਜਿਹੜਾ ਬਜਟ ਨਵਾਂ ਸ਼ੁਰੂ ਹੋ ਗਿਆ, ਭਾਵ 27 ਲੱਖ ਰੁਪਇਆ ਦਾ ਸਾਡਾ ਨਗਰ ਕੌਂਸਲ ਵੱਲ ਉਹੀ ਬਣਦਾ। ਇਸ ਤੋਂ ਇਲਾਵਾ ਤੁਸੀਂ ਦੇਖਿਆ ਲਾਈਵ ਕਵਰੇਜ ਤੁਸੀਂ ਕੀਤੀ ਆ ਅੱਜ ਦੀ, ਤੁਸੀਂ ਦੇਖਿਆ ਜਿਹੜੀਆਂ ਸ਼ੈੱਡਾਂ ਦੇ ਥੱਲੇ ਕੈਂਚੀਆਂ ਵਗੈਰਾ ਜਾਂ ਐਂਗਲ ਲੱਗੇ ਹੁੰਦੇ ਉਹ ਸਾਰੇ ਮੈਲਟ ਹੋ ਗਏ ਆ। ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਉਹਨੂੰ ਸਾਫ਼ ਵੀ ਕਰਾਉਣਾ, ਸਾਨੂੰ ਦੋਨੋਂ ਸ਼ੈੱਡਾਂ ਦੀਆਂ ਜਿਹੜੀਆਂ ਉੱਪਰ ਚਾਦਰਾਂ ਵਗੈਰਾ ਨੇ ਉਹਨਾਂ ਨੂੰ ਉਤਾਰਨਾ ਪਏਗਾ, ਉਹ ਵੀ ਖਰਚਾ ਹੈ।
ਉਸ ਤੋਂ ਬਾਅਦ ਕਿਉਂਕਿ ਅਸੀਂ ਉਹ ਰਿਸਕ ਨਹੀਂ ਲੈ ਸਕਦੇ ਕਿਉਂਕਿ ਜਿਹੜੀ ਮੈਲਟ ਹੋ ਚੁੱਕੀ ਸੀ ਜਾਂ ਕਿਸੇ ਵੇਲੇ ਵੀ ਛੱਤ ਜਿਹੜੀ ਆ ਥੱਲੇ ਸ਼ੈਡ ਡਿੱਗ ਸਕਦੀ ਹੈ। ਅੰਮ੍ਰਿਤਸਰ ਅਦਾਲਤ ਮੇਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਕੇ ਸਦਸਯੋਂ ਕੋ ਮਿਲਨੇ ਕੇ ਲੀਏ ਆਮ ਆਦਮੀ ਪਾਰਟੀ ਕੇ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ। ਇਸ ਦੌਰਾਨ ਉਨ੍ਹੋਂਨੇ ਵਕੀਲੋਂ ਸੇ ਬਾਤਚੀਤ ਕਰ ਵਿਚਾਰ ਵਿਮਰਸ਼ ਕੀਆ ਤੋ ਵਹੀਂ ਲੋਕ ਸਭਾ ਚੁਣਾਵੋਂ ਕੋ ਲੇਕਰ ਵੀ ਕਾਫੀ ਬਾਤੇਂ ਕੀ ਤੋ ਵਹੀਂ ਮੀਡੀਆ ਸੇ ਬਾਤਚੀਤ ਕਰਤੇ ਹੋਏ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਵੇ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਕੇ ਸਦਸਯੋਂ ਸੇ ਮਿਲਨੇ ਕੇ ਲੀਏ ਪਹੁੰਚੇ ਹੈਂ। ਵੇ ਸਭੀ ਸਮਝਦਾਰ ਔਰ ਪੜ੍ਹੇ ਲਿਖੇ ਲੋਕ ਹੈ ਜਿਨ੍ਹੇ ਕਿਹਾ ਗਿਆ ਹੈ ਕਿ ਵੋਟ ਡਾਲਣਾ ਉਨਕਾ ਅਧਿਕਾਰ ਹੈ ਜਿਸੇ ਵੀ ਕਭੀ ਨਾ ਕਮਾਈ। ਉਨ੍ਹੋਂਨੇ ਕਿਹਾ ਕਿ ਪੰਜਾਬ ਔਰ ਅੰਮ੍ਰਿਤਸਰ ਕੇ ਹੱਕ ਮੇਂ ਚਰਚਾ ਕੀ ਗਈ ਹੈ ਇਸ ਲਈ ਸੋਚ ਸਮਝ ਕਰ ਪੰਜਾਬ ਕੇ ਹਿੱਤ ਮੇਂ ਵੋਟ ਡਾਲੀ ਤੋ ਵਹੀਂ ਬਾਰ ਐਸੋਸੀਏਸ਼ਨ ਕੇ ਸਦਸਯੋਂ ਨੇ ਕਿਹਾ ਕਿ ਉਨਕੇ ਪਾਸ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਹੈ ਜਿਨ੍ਹੋਂਨੇ ਆਪਣੇ ਵਿਚਾਰ ਸਾਂਝਾ ਕੀਏ ਹੈ ਔਰ ਚੁਣਾਵੋਂ ਕੇ ਬਾਰੇ ਮੇਂ ਚਰਚਾ ਕੀ ਹੈ ਜਿਨਕੇ ਅੱਛੇ ਨਤੀਜੇ ਸਾਹਮਣੇ ਆਏਗੀ। ਅੰਮ੍ਰਿਤਸਰ ਸੇ ਹਲਚਲ ਕੇ ਲੀਏ ਸੁਨੀਲ ਖੋਸਲਾ ਕੀ ਰਿਪੋਰਟ। ਅੰਮ੍ਰਿਤਸਰ ਕੋਰਟ ਦੇ ਵਿੱਚ ਬਾਅਦ ਵਿੱਚ ਆਏ ਆਪਣੇ ਵਕੀਲ ਸਾਹਿਬਾਨ ਜਿਹੜੇ ਆ ਉਹਨਾਂ ਨਾਲ ਪੰਜਾਬ ਦੀ ਅੰਮ੍ਰਿਤਸਰ ਦੀ ਸਥਿਤੀ 'ਤੇ ਚਰਚਾ ਕੀਤੀ ਆ, ਚਿੰਤਾ ਪ੍ਰਗਟ ਕੀਤੀ ਹੈ ਔਰ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਸੋਚ ਸਮਝ ਕੇ ਵੋਟ ਪਾਉਣਾ, ਮਤਦਾਨ ਹੈ, ਆਪਣੀ ਮੱਤ ਦਾ ਦਾਨ ਹੈ, ਸੋਚ ਕੇ ਕਰਿਓ, ਪੰਜਾਬ ਦੇ ਹਿੱਤ 'ਚ ਵੋਟ ਪਾਇਓ, ਅੰਮ੍ਰਿਤਸਰ ਦੇ ਹਿੱਤ 'ਚ ਵੋਟ ਪਾਇਓ। ਇਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਆ ਔਰ ਸਾਰੇ ਹੀ ਜਿੰਨੇ ਬਾਰ ਦੇ ਮੈਂਬਰ ਜਿੰਨੇ ਵਕੀਲ ਸਾਹਿਬਾਨ ਹੈ ਸਭ ਨੇ ਬਹੁਤ ਪਿਆਰ ਕੀਤਾ, ਬਹੁਤ ਸਤਿਕਾਰ ਦਿੱਤਾ ਔਰ ਲਾਜ਼ਮੀ ਉਹ ਵੋਟ ਪਾਉਣ ਲੱਗਿਆ, ਸਹੀ ਫੈਸਲਾ ਕਰ। ਸੰਯੁਕਤ ਕਿਸਾਨ ਮੋਰਚਾ ਕੀ ਔਰ ਸੇ ਜਗਰਾਓਂ ਮੇਂ ਰੱਖੀ ਗਈ ਮਹਾਂਪੰਚਾਇਤ ਕੀ ਚਲਤੀ ਪੂਰੇ ਪੰਜਾਬ ਮੇਂ ਸੇ ਕਿਸਾਨ ਇਸ ਮਹਾਂਪੰਚਾਇਤ ਮੇਂ ਸ਼ਾਮਿਲ ਹੋਣੇ ਕੇ ਲੀਏ ਰਵਾਨਾ ਹੋ ਰਹੇ ਹੈਂ। ਇਸੀ ਕੇ ਤਹਿਤ ਦਾਨਾ ਮੰਡੀ ਜ਼ੀਰਾ ਸੇ ਵੀ ਬੜੀ ਸੰਖਿਆ ਮੇਂ ਕਿਸਾਨੋਂ ਕਾ ਇੱਕ ਕਾਫਿਲਾ ਜਗਰਾਓਂ ਕੇ ਲੀਏ ਰਵਾਨਾ ਹੁਆ। ਇਸ ਮੌਕੇ ਪਰ ਪੱਤਰਕਾਰੋਂ ਸੇ ਬਾਤਚੀਤ ਕਰਤੇ ਹੋਏ ਕਿਸਾਨ ਨੇਤਾਓਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕਿਸਾਨੋਂ ਸੇ ਕੀਏ ਗਏ ਵਾਅਦੇ ਪੂਰੇ ਨਹੀਂ ਕੀਏ ਗਏ ਔਰ ਅਬ ਲੋਕ ਸਭਾ ਚੁਣਾਵੋਂ ਕੇ ਮੱਦੇਨਜ਼ਰ ਭਾਰਤੀਯ ਜਨਤਾ ਪਾਰਟੀ ਦੁਆਰਾ ਚੁਣਾਵ ਮੈਦਾਨ ਮੇਂ ਉਤਾਰੇ ਗਏ ਉਮੀਦਵਾਰ ਲੋਕੋਂ ਸੇ ਵੋਟੇ ਮੰਗਣੇ ਕੇ ਲੀਏ ਆ ਰਹੇ ਹੈਂ ਜਿਨਕਾ ਕਿਸਾਨੋਂ ਦੁਆਰਾ ਵਿਰੋਧ ਕੀਆ ਜਾ ਰਿਹਾ ਹੈ ਔਰ ਉਨ ਉਮੀਦਵਾਰੋਂ ਸੇ ਕਿਸਾਨੋਂ ਦੁਆਰਾ ਸਵਾਲ ਪੁੱਛੇ ਜਾ ਰਹੇ ਹੈਂ। ਉਨ੍ਹੋਂਨੇ ਕਿਹਾ ਕਿ ਇਸੀ ਉਦੇਸ਼ ਸੇ ਜਗਰਾਓਂ ਮੇਂ ਮਹਾਂਪੰਚਾਇਤ ਰੱਖੀ ਗਈ ਹੈ ਜਿਸ ਵਿੱਚ ਸ਼ਾਮਿਲ ਹੋਣੇ ਕੇ ਲੀਏ ਕਿਸਾਨੋਂ ਕੋ ਬੜਾ ਜੱਥਾ ਦਾਨਾ ਮੰਡੀ ਜ਼ੀਰਾ ਸੇ ਰਵਾਨਾ ਹੋ ਰਿਹਾ ਹੈ। ਜ਼ੀਰਾ ਸੇ ਹਲਚਲ ਕੇ ਲੀਏ ਸਤੀਸ਼ ਵਿੱਚ ਕੀ ਰਿਪੋਰਟ। 20 ਮਈ ਵਾਲੇ ਦਿਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਗਰਾਓਂ ਵਿਖੇ ਮਹਾਂਪੰਚਾਇਤ ਕੀਤੀ ਜਾ ਰਹੀ ਆ, ਅੱਜ ਸੈਂਕੜਿਆਂ ਦੀ ਕਾਫਲੇ ਦੇ ਵਿੱਚ ਜ਼ੀਰਾ ਦੀ ਦਾਣਾ ਮੰਡੀ ਤੋਂ ਭਾਰਤੀ ਕਿਸਾਨ ਯੂਨਕਾਦੀਆਂ ਦਾ ਕਾਫਲਾ ਜਿਹੜਾ ਨਾ ਉਹ ਜਗਰਾਓਂ ਮੰਡੀ ਜਗਰਾਓਂ ਰੈਲੀ ਦੇ ਵਿੱਚ ਰਵਾਨਾ ਹੋ ਰਿਹਾ ਤਾਂ ਕਿ ਜਿਹੜਾ ਦੇਸ਼ ਨੂੰ ਜਿਹੜੇ ਮੋਦੀ ਸਰਕਾਰ ਦੇ ਚੁੰਗਲ ਤੋਂ ਛਡਾਉਣ ਦੇ ਲਈ ਮੋਦੀ ਸਰਕਾਰ ਦੀਆਂ ਦੇਸ਼ ਵਿੱਚੋਂ ਜੜ੍ਹਾਂ ਪੁੱਟਣ ਦੇ ਲਈ ਇੱਥੋਂ ਜਿਹੜਾ ਵੱਡਾ ਕਾਫਲਾ ਜਿਹੜਾ ਜ਼ੀਰੇ ਤੋਂ ਭਾਰਤੀ ਕਿਸਾਨ ਯੂਨਕਾਦੀਆਂ ਦਾ ਰਵਾਨਾ ਹੋ ਰਿਹਾ। ਦੇਖੋ ਜੀ ਅਸੀਂ ਸਵਾਲ ਜਵਾਬ ਕਰਨੇ, ਅਸੀਂ ਬੀਜੇਪੀ ਦਾ ਕੈਂਡੀਡੇਟ ਆਇਆ ਉਹਨੂੰ ਵੀ ਸਵਾਲ ਜਵਾਬ ਅਸੀਂ ਕੀਤੇ ਸ਼ਾਂਤਮਈ ਤਰੀਕੇ ਨਾਲ ਤੇ ਇਹਨਾਂ ਤੋਂ ਵੀ ਸਵਾਲ ਜਵਾਬ ਕਰਨੇ ਵੀ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਤੁਸੀਂ ਕਿਉਂ ਨਹੀਂ ਅਜੇ ਤੀਕਰ ਪੂਰੇ ਕੀਤੇ, ਜੋ ਵੀ ਜਿੰਨੇ ਵੀ ਵਾਅਦੇ ਕੀਤੇ ਜਦੋਂ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਵਾਅਦੇ ਕੀਤੇ ਮੁੱਖ ਮੰਤਰੀ ਨੇ ਔਰ ਇਹਨਾਂ ਦੇ ਜਿਹੜੇ ਹੋਰ ਸਾਰੇ ਲੀਡਰਾਂ ਨੇ ਉਹ ਉਹਨਾਂ ਤੋਂ ਵੀ ਸਵਾਲ ਜਿਹੜੇ ਜਵਾਬ ਪੁੱਛੇ ਜਾਣਗੇ। ਕਿਸਾਨ ਜਥੇਬੰਦੀਆਂ ਦਾ ਪਹਿਲਾਂ ਤੋਂ ਹੀ ਇਹ ਸਪਸ਼ਟ ਪ੍ਰੋਗਰਾਮ ਹੈ ਕਿ ਜਿਹੜਾ ਬੀਜੇਪੀ ਦਾ ਵਿਰੋਧ ਕਰਨਾ ਉਹਦੇ ਵਿਰੋਧ ਦਾ ਵੀ ਕੋਈ ਕਾਰਨ ਹੈ। ਕਾਰਨ ਇਹ ਆ ਕਿ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਮੋਦੀ ਸਰਕਾਰ ਨੇ ਆਪ ਹੀ ਇਹ ਵਾਅਦਾ ਕੀਤਾ ਸੀ ਕਿਸਾਨਾਂ ਨਾਲ, ਆਪ ਉਹਨੇ ਵਾਅਦਾ ਕੀਤਾ ਸੀ, ਕਿਸਾਨ ਨਹੀਂ ਕਰਦੇ, ਕਿਸਾਨ ਸਿਰਫ ਇਹ ਕਹਿ ਰਿਹਾ ਕਿ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਜਿਹਦੀ ਤੁਸੀਂ ਗੱਲ ਕੀਤੀ ਸੀ ਕਿ ਕਿਸਾਨਾਂ ਨੂੰ MSP ਦਿੱਤੀ ਜਾਏਗੀ 22-23 ਫਸਲਾਂ 'ਤੇ,
ਉਹ ਤੁਸੀਂ ਪੂਰਾ ਕਰ ਦਿਓ, ਜਿਹੜਾ ਤੁਸੀਂ ਆਪਦੀ ਜਬਾਨ ਤੋਂ ਕੱਢਿਆ ਸੀ ਉਹਨੂੰ ਪੂਰਾ ਕਰ ਦਿਓ। ਉਹੀ ਮੰਗ ਕਰ ਰਿਹਾ ਕਿਸਾਨ, ਉਹਦੇ ਵਾਸਤੇ ਕਿਸਾਨ ਜਿਹੜੇ ਜੱਦੋ ਜਹਿਦ ਕਰ ਰਹੇ ਆ, ਉਹਦੇ ਵਾਸਤੇ ਬਾਰਡਰਾਂ 'ਤੇ ਕਿਸਾਨ ਬੈਠੇ ਆ, ਉਹ ਕਿਸਾਨ ਵੀ ਜਿਹੜੇ ਸਾਡੇ ਭਰਾ ਨੇ ਜਿਹੜੇ ਇਸ ਵੇਲੇ ਬਾਰਡਰਾਂ 'ਤੇ ਬੈਠੇ ਹੋਏ ਆ, ਅਤੇ ਉਹ ਇਹ ਵੀ ਕਹਿ ਰਿਹਾ ਕਿ ਲੋਕਾਂ ਨੂੰ ਇੰਨੀ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਸੜਕ ਖੁੱਲ੍ਹ ਜਾਵੇ ਅਤੇ ਸੜਕਾਂ ਜਿਹੜੀਆਂ ਖੋਲ੍ਹ ਦਿੱਤੀਆਂ ਜਾਣ, ਪਰ ਉੱਥੇ ਇੰਨੇ ਵੱਡੇ ਬੈਰੀਗੇਡ ਅਤੇ ਕੰਕਰੀਟ ਦੀਆਂ ਕੰਧਾਂ ਬਣਾਈਆਂ ਹੋਈਆਂ ਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਸਰਕਾਰ ਨੂੰ ਚਾਹੀਦਾ ਉਹ ਲੋਕਾਂ ਦੀ ਗੱਲ ਸੁਣਨ, ਅਤੇ ਜਿਹੜੇ ਉਹਨਾਂ ਨੇ ਆਪ ਵਾਅਦੇ ਕੀਤੇ ਹੋਏ ਆ, ਚਾਹੇ ਕੋਈ ਵੀ ਸਰਕਾਰ ਹੈ ਕੋਈ ਵੀ ਰਾਜਸੀ ਪਾਰਟੀ ਹੈ, ਜਿਹੜੇ ਉਹ ਆਪ ਵਾਅਦੇ ਕਰਦੀ, ਘੱਟੋ ਘੱਟ ਉਹਨਾਂ ਵਾਅਦਿਆਂ 'ਤੇ ਤਾਂ ਉਹ ਖਰੇ ਉਤਰਨ। ਜੋ ਸਾਨੂੰ ਮੋਰਚੇ ਨੇ ਕਾਲ ਦਿੱਤੀ ਸੀ ਉਹ ਜ਼ਿਲ੍ਹੇ ਬਲਾਕ 'ਚੋਂ ਵੱਧ ਤੋਂ ਵੱਧ ਅਸੀਂ 60-70 ਗੱਡੀਆਂ ਲੈ ਕੇ ਜਾ ਰਹੇ ਹਾਂ, ਵੱਧ ਤੋਂ ਵੱਧ ਅਸੀਂ ਨਾਲ ਸੰਗਤ ਨਾਲ ਸਹਿਯੋਗ ਨਾਲ ਚੱਲ ਰਹੇ ਹਾਂ, ਪਰ ਅਸੀਂ ਇਹ ਆ ਵੀ ਆਉਂਦੇ ਹਾਂ ਵੀ ਜੋ ਕੰਮ ਹੋ ਰਿਹਾ ਬੀਜੇਪੀ ਨੂੰ ਵੋਟ ਨਾ ਪਾਓ, ਇਹ ਉੱਥੇ ਜੋ ਐਲਾਨ ਹੋਣਾ ਅੱਜ ਉੱਥੇ ਸਾਰਿਆਂ ਦੇ ਸਾਹਮਣੇ ਹੋ ਜਾਣਾ, ਪਰ ਅਸੀਂ ਫਿਰ ਵੀ ਆਉਂਦੇ ਹਾਂ ਵੀ ਬੀਜੇਪੀ ਨੂੰ ਵੋਟ ਨਾ ਪਾਓ। ਪਰ ਜਿਹੜੇ ਬਾਰਡਰਾਂ ਦੇ ਵਿੱਚ ਸਾਡੇ ਭਰਾ ਉਹਨਾਂ ਦਾ ਕੀ ਗਾ, 750 ਸਾਡਾ ਉੱਥੇ ਸਿਰ ਲੱਗ ਗਿਆ। ਇਹ ਚੀਜ਼ ਨੂੰ ਮੋਦੀ ਨੇ ਵੇਖ ਕੇ ਜਿਹੜੇ ਸਾਡੇ ਭਰਾ ਜਾਂਦੇ ਆ ਬੀਜੇਪੀ ਨੂੰ ਵੋਟ ਪਾਉਣ, ਕੱਲ੍ਹ ਜੀਰੇ ਕਾਠ ਸੀਗਾ ਉਹਦੇ 'ਚ ਗਏ ਆ, ਪਰ ਅਸੀਂ ਦੁਕਾਨਦਾਰਾਂ ਨੂੰ ਕਹਿੰਦੇ ਹਾਂ ਜੇ ਸਾਡੇ ਦੁਕਾਨਦਾਰ ਭਰਾ ਵੀ ਜਾਣਗੇ ਸਾਡੇ ਤਸਵੀਰ 'ਚ, ਅਸੀਂ ਵੀ ਕਹਾਂਗੇ ਫਿਰ ਇਹ ਚੀਜ਼ ਦਾ ਵਿਰੋਧ ਕਰੋ, ਕਿਸਾਨਾਂ ਨੂੰ ਕਹਾਂਗੇ ਦੁਕਾਨਾਂ ਤੋਂ ਸਮਾਨ ਨਾ ਲਓ, ਅਸੀਂ ਹੱਥ ਬੰਨ ਕੇ ਬੇਨਤੀ ਕਰਾਂਗੇ। ਪਰ ਅਸੀਂ ਫਿਰ ਵੀ ਆਉਂਦੇ ਉਹਦੇ ਭਾਈਚਾਰਾ ਵੀ ਅਸੀਂ ਨਾ ਗਵਾਈਏ, ਸਾਡੇ ਨਾਲ ਜੁੜੋ ਅਤੇ ਅਸੀਂ ਆਉਂਦੇ ਸੱਚ ਦੀ ਆਵਾਜ਼ 'ਤੇ ਖਾਓ। ਵਾਹਿਗੁਰੂ ਜੀ ਕਾ ਖਾਲਸਾ। ਸ਼੍ਰੀ ਸ਼ਿਵ ਸ਼ੰਕਰ ਮੰਦਿਰ ਪ੍ਰਬੰਧਕ ਕਮੇਟੀ ਕੀ ਔਰ ਸੇ ਸ਼੍ਰੀ ਸ਼ਿਵ ਮੰਦਿਰ ਸ਼ਿਵ ਨਗਰ ਜਲੰਧਰ ਕੇ ਪਰਿਸਰ ਮੇ ਨਿਸ਼ੁਲਕ ਦਾਤੋ ਕੀ ਜਾਂਚ ਕੇ ਕੈਂਪ ਕਾ ਆਯੋਜਨ ਕੀਆ ਗਿਆ, ਜਿਸ ਮੇ ਸ਼ਹਿਰ ਕੀ ਮਸ਼ਹੂਰ ਡਾਕਟਰ ਕ੍ਰਿਤਿਕਾ ਖੁਰਾਨਾ ਨੇ ਕੈਂਪ ਮੇ ਆਏ ਲੋਗੋ ਕੇ ਦਾਂਤੋ ਕੀ ਜਾਂਚ ਕਰ ਉਹਨੇ ਨਿਸ਼ੁਲਕ ਦਵਾਈ ਦੀ। ਇਸ ਨਿਸ਼ੁਲਕ ਦਾਂਤ ਚੈੱਕਅਪ ਕੈਂਪ ਮੇ ਦੀਪਕ ਚੱਡਾ ਦੁਆਰਾ ਲੋਗੋ ਕੇ ਲਈ ਮੁਫਤ ਦਵਾ ਮੁਹੱਈਆ ਕਰਵਾਈ ਗਈ, ਤੋ ਵਹੀਂ ਇਸ ਕੈਂਪ ਮੇ ਪਹੁੰਚੇ ਸਭੀ ਲੋਗੋ ਕਾ ਆਭਾਰ ਵਿਅਕਤ ਕਰਤੇ ਹੋਏ ਚੇਅਰਮੈਨ ਗੁਰੂਦੱਤ ਸ਼ਿੰਗਾਰੀ ਨੇ ਕਿਹਾ ਕਿ ਹਮੇ ਆਪਣੇ ਸਵਾਸਥੇ ਕਾ ਪੂਰਨ ਰੂਪ ਸੇ ਧਿਆਨ ਰੱਖਣਾ ਚਾਹੀਏ ਔਰ ਹਮਾਰੇ ਸ਼ਰੀਰ ਕਾ ਸਭਸੇ ਜ਼ਿਆਦਾ ਪ੍ਰਯੋਗ ਹੋਣੇ ਵਾਲਾ ਜਗ੍ਹਾ ਹੈ ਦਾਂਤ, ਜਿਨਕਾ ਹਰ ਤਰ੍ਹਾਂ ਸੇ ਹਮੇ ਧਿਆਨ ਰੱਖਣਾ ਚਾਹੀਏ ਔਰ ਸਾਫ਼ ਸਫਾਈ ਕਰ ਸਮੇਂ ਸਮੇਂ ਪਰ ਡਾਕਟਰ ਕੋ ਚੈੱਕਅਪ ਕਰਵਾਉਣਾ ਚਾਹੀਏ। ਇਸ ਕੈਂਪ ਮੇ ਪਹੁੰਚੇ ਸਭੀ ਡਾਕਟਰੋਂ ਕੀ ਟੀਮ ਕੋ ਸ਼੍ਰੀ ਸ਼ਿਵ ਸ਼ੰਕਰ ਮੰਦਿਰ ਪ੍ਰਬੰਧਕ ਕਮੇਟੀ ਕੀ ਔਰ ਸੇ ਮਾਂ ਕੀ ਚੁੰਡਰੀ ਏਵਮ ਸਮ੍ਰਿਤੀ ਚਿੰਨ੍ਹ ਦੇ ਕਰ ਸਨਮਾਨਿਤ ਕੀਆ ਗਿਆ। ਇਸ ਦੌਰਾਨ ਸ਼੍ਰੀ ਸ਼ਿਵ ਸ਼ੰਕਰ ਮੰਦਿਰ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਉਹਨੇ ਉਮੀਦ ਹੈ ਕਿ ਭਵਿਸ਼ਯ ਮੇਂ ਵੀ ਐਸੇ ਕੈਂਪ ਹਮਾਰੇ ਮੰਦਿਰ ਮੇਂ ਲਗਤੇ ਰਹੇਗੀ। ਇਸ ਮੌਕੇ ਪਰ ਚੇਅਰਮੈਨ ਗੁਰੂਦੱਤ ਸ਼ਿੰਗਾਰੀ, ਪ੍ਰਧਾਨ ਰਾਮ ਨਰੇਸ਼ ਅਗਰਵਾਲ, ਉਪ ਪ੍ਰਧਾਨ ਅਰੁਣ ਕੋਹਲੀ, ਮਹਾਂਸਚਿਵ ਰਾਜਕੁਮਾਰ ਸ਼ਰਮਾ, ਜਤਿੰਦਰ ਚੋਪੜਾ, ਵਰਿੰਦਰ ਮਹਿੰਦਰੂ, ਸੂਰਜ ਵਿਰਦੀ, ਦੀਪਕ ਚੱਡਾ ਸਹਿਤ ਅਸੰਖੇ ਇਲਾਕਾ ਨਿਵਾਸੀ ਵੀ ਮੌਜੂਦ ਰਹੇ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਸ਼ਿਵ ਸ਼ੰਕਰ ਮੰਦਿਰ ਮੇਂ ਡਾਕਟਰ ਦਾਤੋਂ ਕਾ ਕੈਂਪ ਲਗਾਣੇ ਪਏ ਆਏ ਹੈਂ ਔਰ ਇਹਨੇ ਸਭੀ ਸ਼ਿਵਨਗਰ ਵਾਸੀਓ ਕੇ ਦਾਂਤ ਚੈੱਕਅਪ ਕੀਏ ਹੈ ਔਰ ਬਹੁਤ ਅੱਛੀ ਤਰ੍ਹਾਂ ਮਾਹਿਰ ਡਾਕਟਰ ਹੈ ਔਰ ਦਾਂਤੋਂ ਕਾ ਬਹੁਤ ਅੱਛਾ ਤਰ੍ਹਾਂ ਸੇ ਇਲਾਜ ਕਰਤੇ ਹਾਂ। ਇਹ ਹਮਾਰੇ ਮੰਦਿਰ ਮੇਂ ਆ ਜਾਏ ਹੈਂ, ਹਮੇ ਇਨਕੋ ਚੈੱਕ ਕੇ ਬਾਅਦ ਉਨਕਾ ਆਭਾਰ ਵੀ ਕਦੇ ਨਹੀਂ ਕੀਆ ਹੈ, ਅੱਜ ਉਨਕੋ ਸਨਮਾਨਿਤ ਕੀਆ ਹੈ। ਆਪ ਸਾਰੇ ਮਿਲ ਕੇ ਮੰਦਿਰ ਕੇ ਸਾਰੇ ਸ਼ਿਵਨਗਰ ਕੇ ਮੰਦਿਰ ਕੇ ਸਦਸਿਓ ਨੇ ਹੋਲਡਿੰਗ ਵੀ ਲਗਾਈ ਹੈ, ਸਭ ਆਏ ਹੋਏ ਮਰੀਜ਼ੋ ਕੋ ਠੰਡਾ ਵੀ ਚਲਾਇਆ ਹੋਇਆ ਔਰ ਸਾਰੇ ਮਰੀਜ਼ੋ ਕੋ ਅੱਛੀ ਤਰ੍ਹਾਂ ਚੈੱਕਅਪ ਕੀਆ ਹੈ। ਔਰ ਆਪ ਅੰਤ ਮੇਂ ਹਲਚਲ ਕੀ ਗਤੀਵਿਧੀਓਂ ਪਰ ਇੱਕ ਨਜ਼ਰ ਫਿਰ ਸੇ।
होशियारपुर के सदर चौक में हुए सड़क हादसे में एक महिला की हुई मौत, दो गंभीर घायल। अमृतसर सीआईए स्टाफ दो की पुलिस ने तीन नामी गैंगस्टरों को किया काबू। दो पिस्तौल 45 बोर, एक पिस्तौल 32 बोर, चार मैगजीन 35 जिंदा रौंद किए बरामद। फिरोजपुर पुलिस ने एक अंधे कत्ल की गुत्थी को सुलझाते हुए तीन आरोपियों को किया काबू, एक पिस्तौल और एक मोटरसाइकिल किया बरामद। इसके साथ ही अब तक की गतिविधियां समाप्त होती हैं और ताजा जानकारी के लिए देखते रहिए हलचल।